There is a big toa in the setup. ਜਿਹੜੇ ਸਾਡੇ ਡੀਸੀ ਸਾਹਿਬ ਨੇ ਇਹ ਮੇਰਾ ਖਿਆਲ ਸਾਊਥ ਇੰਡੀਅਨ ਹੋਣ ਦੇ ਨਾਤੇ ਇਹ ਮੇਰੇ ਨਾਲ ਅੰਗਰੇਜ਼ੀ 'ਚ ਗੱਲ ਕਰਦੇ ਨੇ ਸੋ ਜਦ ਕੋਈ ਅੰਗਰੇਜ਼ੀ 'ਚ ਗੱਲ ਕਰਦਾ ਆਟੋਮੈਟਿਕਲੀ ਜਵਾਬ ਅੰਗਰੇਜ਼ੀ 'ਚ ਨਿਕਲ ਜਾਂਦਾ ਅਤੇ ਉਹ ਮੈਨੂੰ ਨਹੀਂ ਪਤਾ ਸੀ ਹੁਣ ਟੋਏ ਨੂੰ ਮੈਂ ਅੰਗਰੇਜ਼ੀ 'ਚ ਉਹਨੂੰ ਕਿਵੇਂ ਸਮਝਾਵਾਂ ਜਿਹਦੇ ਕਰਕੇ ਮੈਂ ਕਿਹਾ ਕਿ ਟੋਆ ਮਤਲਬ ਮੇਨ ਚੀਜ਼ ਇੱਥੇ ਹਸਨ ਦੀ ਗੱਲ ਟੋਏ ਦੀ ਗੱਲ ਨਹੀਂ ਹੈ ਜਿਹੜੀ ਸੰਜੀਦਗੀ ਦੀ ਗੱਲ ਅਤੇ ਦੁੱਖ ਦੀ ਗੱਲ ਹੈ ਕਿ ਅੱਜ ਸੜਕਾਂ ਦਾ ਇੰਨਾ ਮਾੜਾ ਹਾਲ ਹੈਗਾ ਇੰਨੇ ਵੱਡੇ ਵੱਡੇ ਟੋਏ ਸਾਰੇ ਸੜ ਜੇ ਅਤੇ ਉਹ ਵੀ ਉਹ ਸੜ ਜੇ ਜਿੱਥੇ ਵਿੱਤ ਮੰਤਰੀ ਦਾ ਘਰ ਦੇ ਰਸਤੇ 'ਚ ਰਾਹ 'ਚ ਆਉਂਦਾ ਹੈ ਜਿਹਦੇ ਕੋਲ ਸਾਰੇ ਖਜ਼ਾਨੇ ਦੀ ਚਾਬੀ ਹੈ ਹੁਣ ਇੰਨੇ ਵੱਡੇ ਵੱਡੇ ਟੋਇਆਂ 'ਚ ਹਰ ਸ਼ਾਮ ਨੂੰ ਉੱਥੇ ਕਿਸੇ ਨੌਜਵਾਨ ਦਾ ਕਿਸੇ ਬਜ਼ੁਰਗ ਦਾ ਕਿਸੇ ਬੱਚੇ ਦਾ ਉੱਥੇ ਐਕਸੀਡੈਂਟ ਹੋ ਰਿਹਾ ਕਿਉਂਕਿ ਹਨੇਰੇ 'ਚ ਉਹ ਟੋਆ ਜਦ ਨਜ਼ਰ ਨਹੀਂ ਆਉਂਦਾ ਅਤੇ ਉੱਥੇ ਜਦ ਲੋਕ ਗਏ ਹੁਣ ਕੱਲ੍ਹ ਮੇਰੀ ਗੱਡੀ 10 ਵਜੇ ਰਾਤ ਨੂੰ ਜਦ ਉੱਥੋਂ ਨਿਕਲ ਰਹੀ ਸੀ ਇਹ ਸਾਰਾ ਪਰਿਵਾਰ ਸੜਕ 'ਚ ਬੈਠਾ ਹੋਇਆ ਨਜ਼ਰ ਆਇਆ ਅਤੇ ਜੇ ਆਪਣੀ ਗੱਡੀਆਂ ਨਹੀਂ ਹੁੰਦੀਆਂ ਤਾਂ ਪਤਾ ਨਹੀਂ ਕਿੰਨੇ ਘੰਟੇ ਉੱਥੇ ਬੈਠੇ ਕਿ 10 ਵਜੇ ਰਾਤ ਨੂੰ ਕੌਣ ਉੱਥੇ ਹੁੰਦਾ ਹੈ ਜ਼ਖਮੀ ਬੰਦਾ ਵੀ ਉਹਨਾਂ ਦਾ ਦਾਦਾ ਵੀ ਜ਼ਖਮੀ ਦਾਦੀ ਵੀ ਜ਼ਖਮੀ ਤਿੰਨੋਂ ਬੱਚੇ ਨਿੱਕੇ ਨਿੱਕੇ ਬੱਚੇ ਸੋ ਉਹਨਾਂ ਨੂੰ ਰੋਕ ਕੇ ਆਪਾਂ ਜਿੰਨੀ ਮਦਦ ਕਰ ਸਕਦੇ ਸੀ ਉਹਦੇ ਬਾਅਦ ਹਸਪਤਾਲ ਤਾਂ ਹੀ ਪਹੁੰਚਾਇਆ ਅਤੇ ਡੀਸੀ ਨੂੰ ਫੋਨ ਕਰਕੇ ਕਿਹਾ ਕਿ ਜਿੱਥੇ ਰੋਜ਼ ਐਕਸੀਡੈਂਟ ਹੋ ਰਹੇ ਨੇ ਤੁਸੀਂ ਉੱਥੇ ਘੱਟੋ ਘੱਟ ਟੋਏ ਨੂੰ ਭਰਨ ਦਾ ਕੰਮ ਤਾਂ ਸ਼ੁਰੂ ਕਰੋ ਅੱਛਾ ਨਵਜੋਤ ਕੌਰ ਸਿੱਧੂ ਕਹਿੰਦੇ ਬਹਿੰਡਾ ਦੇ ਲੋਕ ਸਾਰੀ ਸਾਰੀ ਰਾਤ ਗਿਣਾ ਮੈਂ ਜਾਗਦੇ ਰਹਿੰਦੇ